ਢਿੱਡ ਚ ਪਾਈ ਬੈਠਾ। ਡਾਕਟਰ ਸਾਹਿਬ, ਇਹ ਤਾਂ ਮਰ ਹੀ ਨਹੀਂ ਰਿਹਾ। ਮੈਨੂੰ ਲੱਗਦਾ ਹੈ ਜਾਨ ਵੀ ਕਨਫਿਊਜ਼ ਹੋਣੀ ਹੈ ਵੀ ਕਿਹੜੇ ਪਾਸੋਂ ਨਿਕਲਾਂ। ਮੇਰਾ ਉਸ ਬੰਦੇ ਚ ਰਹਿਣ ਨੂੰ ਜੀ ਨਹੀਂ ਕਰਦਾ ਜੀ। ਉਹ ਤੂੰ ਕੀ ਆਪਣਾ ਨਵਾਂ ਸੀੜੀ ਸੀ ਆਪਾਂ ਪਾ ਕੇ ਬਹਿ ਗਿਆ? ਜੇ ਸੀੜੀ ਸੀ ਆਪਾਂ ਕਿਆ ਹੋਤਾ ਹੈ? ਆਪਨੇ ਵੋ ਕੈਰੀ ਔਨ ਜੱਟਾ ਫਿਲਮ ਦੇਖੀ ਹੈ? 10 ਵਾਰ। ਉਸ ਵਿੱਚ ਸੀੜੀ ਕਾਈ ਤੋਂ ਸਿਆਪਾ ਹੈ। ਕੌਣ ਕਤੀਰਾ? ਇਹ ਤਾਂ ਦੇਸੀ ਕੀ ਹੈ। ਸਵੀਟੀ ਵਰਗੀ ਕੁੜੀ ਲੱਭ ਕੇ ਨਾ ਵਿਆਹ ਕਰਾ। 10-15 ਹਜ਼ਾਰ ਰੁਪਿਆ ਮਹੀਨੇ ਦਾ ਕੁੱਟਿਆ ਕਰੋਗੇ। ਉਹ ਤੇਰਾ ਡੱਡੂ ਮਾਜਰੇ 2 ਕਮਰੇ ਵਾਲਾ ਘਰ ਹੋਊ ਆਪਣਾ, ਨਾ ਕਿਰਾਏ ਦਾ, ਤੇ ਤੇਰੀ ਆਪਣੀ ਗੱਡੀ ਹੋਊ ਤੇਰੇ ਕੋਲ। ਹੋਂਡਾ ਸਿਟੀ ਨਾ ਨਹੀਂ ਨਾ। ਜੇ ਹੁਣ ਵਧਾ ਕੀਤਾ ਰਾਜ, ਫਿਰ ਅਸੀਂ ਟੱਟੂ ਦੇ ਕਰਮ ਰਾਜ। ਹੋਇਆ ਤੇਰੀ ਘਰ ਵਾਲੀ ਦਾ ਭਤੀਜਾ ਵਿੰਗਾ ਜਿਹਾ ਯਮਦੂਤ, ਅਨਜਾਇਜ਼ ਹੀ ਬੰਦੇ ਨੂੰ ਚੁੱਕ ਲਿਆ। ਓਏ ਹੁਣ ਇਹਦੀ ਮਾਂ ਨੂੰ ਕੌਣ ਜਵਾਬ ਦੇਊਗਾ? ਪਰ ਮੈਂ ਤਾਂ ਨਾਥਾਂ ਜੀ। ਉਹ ਯਮ ਤੇ ਐਵੇਂ ਹੀ ਤੇਰੇ ਨਾਲ ਲੱਗਾ ਮਾਮਾ, ਹੈ ਤੇ ਊਤੀ ਹੈ ਤੂੰ, ਕੁੱਤੇ ਬਿੱਲੀਆਂ ਚੁੱਕਿਆ ਕਰ, ਬੰਦੇ ਚੁੱਕਣਾ ਤੇਰੇ ਵੱਸ ਦੀ ਗੱਲ ਨਹੀਂ। ਤੇਰੀ ਯਾਰੀ ਇੱਕ ਦਿਨ ਮੈਨੂੰ ਸਵਾਹ ਕਰਕੇ ਹਟੂ। ਤੂੰ ਆਤਮਾ ਇਨਸਾਨ ਤੇ ਨਹੀਂ ਮਾਰ ਸਕਦਾ। ਇਨਸਾਨ ਤੇ ਨਹੀਂ ਮਾਰ ਸਕਦਾ, ਤੇਰੇ ਤਾਂ ਮਾਰ ਸਕਦਾ। ਭੇਜੀ ਦਾ ਮੱਝ ਥੱਲੇ ਜਾ ਕੇ ਵੜਦਾ ਝੋਟੇ ਥੱਲੇ। ਧਰਤੀ ਉੱਤੇ ਬੰਦੇ ਇੰਨੇ ਜਗਦੇ ਫਿਰਦੇ ਸੀ, ਜਿਹੜਾ ਮੈਨੂੰ ਪਸੰਦ ਆਇਆ ਉਹਨੂੰ ਚੱਕ ਲਿਆ। ਉਹ ਬੰਦੇ ਚੋਂ ਜਾਨ ਕੱਢ ਕੇ ਲਿਆਉਣੀ ਸੀ, ਕੋਈ ਨਵਾਂ ਸੂਟ ਸਮਾ ਕੇ ਨਹੀਂ ਲਿਆਉਣਾ ਸੀ, ਜਿਹੜਾ ਆਪਣੀ ਪਸੰਦ ਦਾ ਚੱਕ ਲਿਆ। ਇਹਦੇ ਨੱਚ ਰੁਕ ਜਾਏ, ਦਿਲ ਦੀ ਧੜਕਣ ਰੁਕ ਜਾਏ, ਸਾਹ ਰੁਕ ਜਾਏ, ਮਾਸਾ ਫਿਕਰ ਨਹੀਂ ਕਰਨਾ, ਮਾਸਾ। 35 ਇੰਨੀਆਂ ਗੋਲੀਆਂ ਕਿਸੇ ਬੰਦੂਕ ਚ ਨਹੀਂ ਪੈਂਦੀਆਂ ਜਿੰਨੀਆਂ ਇਹ ਢਿੱਡ ਚ ਪਾਈ ਬੈਠਾ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦਿਲ ਸਾਹਿਬ ਨਹੀਂ ਰਹੇ। ਤੂੰ ਮੈਨੂੰ ਮਿੰਟ ਮਿੰਟ ਤੇ ਮਰਿਆ ਡਿਕਲੇਅਰ ਕਰਦਾ ਡਾਕਟਰ। ਓਏ ਗਿੱਲ ਸਾਹਿਬ ਕਦੇ ਨਹੀਂ ਮਰ ਸਕਦੇ, ਗਿੱਲ ਸਾਹਿਬ ਮਰ ਹੀ ਨਹੀਂ ਸਕਦੇ। ਮੈਂ ਸੁਣਿਆ ਧਰਤੀ ਤੇ ਮੇਰੇ ਸਰੀਰ ਦੀ ਜਰਾਬ ਬਣਾਈ ਫਿਰਦਾ, ਜਦੋਂ ਜੀ ਕੀਤਾ ਲਾਤੀ, ਜਦੋਂ ਜੀ ਕੀਤਾ ਪਾਲੀ, ਬੰਦਾ ਬਣ ਜਾ। ਪੂਰਾ ਇਕੋ ਫ੍ਰੈਂਡਲੀ ਹੈ, ਨਾਲੇ ਕਨਮ ਰੋੜਿਆ ਸਪੀਡ 1500 ਤੇ।